ਪ੍ਰੋਫੈਸਰ ਵਿਰਸਾ ਸਿੰਘ ਵਲਟੋਆ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਦੇ ਚੋਟੀ ਦੇ ਨੇਤਾਵਾਂ ਵਿੱਚ ਸ਼ੁਮਾਰ ਹੈ। ਦੋ ਵਾਰ ਉਹ ਇੱਥੋਂ MLA ਰਹਿ ਚੁੱਕੇ ਹੈ ਮਾਝਾ ਇਲਾਕੇ 'ਚੋਂ, ਔਰ ਪਾਰਟੀ ਦੇ ਸਪੋਕਸਪਰਸਨ ਵੀ ਨੇ। ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਅਕਾਲੀ ਦਲ ਜਿਸ ਮੁਸ਼ਕਿਲ ਦੌਰ 'ਚੋਂ ਨਿਕਲ ਰਿਹਾ ਉਸ ਬਾਰੇ, ਔਰ ਕਾਂਗਰਸ ਸਰਕਾਰ ਦੇ ਜਿਹੜੇ 100 ਦਿਨ ਹੋਏ ਹੈ ਉਸ ਬਾਰੇ ਗੱਲ ਕਰਾਂਗੇ ਪਰਫਾਰਮੈਂਸ ਬਾਰੇ। ਪ੍ਰੋਫੈਸਰ ਸਾਹਿਬ, ਤੁਹਾਡਾ newsnumber.com 'ਚ ਬਹੁਤ ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸ਼੍ਰੋਮਣੀ ਅਕਾਲੀ ਦਲ ਬੜੇ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਿਹਾ ਹੈ, ਔਰ ਤੁਹਾਡੀ ਕੋਸ਼ਿਸ਼ ਵੀ ਹੈ ਪਾਰਟੀ ਨੂੰ ਦੁਬਾਰਾ ਰਿਵਾਈਵ ਕੀਤਾ ਜਾਵੇ। ਇਹਦੇ ਰਿਜ਼ਲਟਸ ਕਦ ਤੱਕ ਮਿਲਣਗੇ? 2019 ਦੇ ਇਲੈਕਸ਼ਨ ਜਾਂ 2022 ਤੁਹਾਡਾ ਟਾਰਗੇਟ ਹੈ? ਜਿੱਥੋਂ ਤੱਕ ਚੋਣਾਂ ਦਾ ਸੰਬੰਧ, ਜਿਹੜੀਆਂ ਹਾਲੀਆ ਹੋਈਆਂ ਨੇ ਉਹਨਾਂ ਦੇ ਵਿੱਚ ਜੇ ਤੁਸੀਂ ਵੋਟਿੰਗ ਪਰਸੈਂਟੇਜ ਦੇਖੋਗੇ ਤੇ ਜਿਹੜੀ ਰੂਲਿੰਗ ਪਾਰਟੀ ਉਹਦੇ ਨਾਲ 4% ਦਾ ਫਰਕ ਹੈ, ਤੇ ਜਿਹੜੀ ਇਸ ਵੇਲੇ ਮੁੱਖ ਓਪੋਜੀਸ਼ਨ ਬਣ ਕੇ ਬੈਠੀ ਹੈ ਉਹ ਤਾਂ ਬਹੁਤ ਦੂਰ ਬੈਠੀ ਹੈ। ਐਤਕਾਂ ਦੀ ਚੋਣ ਪੰਜਾਬ ਦੇ ਵਿੱਚ ਇੱਕ ਨਿਵੇਕਲੀ ਚੋਣ ਸੀ। ਕਾਂਗਰਸ ਪੰਜਾਬ ਦੀ ਸੱਤਾ ਹਥਿਆਉਣਾ ਚਾਹੁੰਦੀ ਸੀ, ਚਾਹੇ ਜਿੱਡਾ ਮਰਜ਼ੀ ਝੂਠ ਬੋਲਣਾ ਪਵੇ, ਜਿੱਡਾ ਮਰਜ਼ੀ ਪਾਪ ਕਰਨਾ ਪਵੇ, ਜਿੰਨਾ ਮਰਜ਼ੀ ਲੋਕਾਂ ਨੂੰ ਧੋਖਾ ਦੇਣਾ ਪਵੇ, ਔਰ ਉਹ ਧੋਖਾ ਦੇਣ 'ਚ ਝੂਠ ਬੋਲਣ 'ਚ ਕਾਮਯਾਬ ਹੋਏ ਅਤੇ ਸੱਤਾ ਹਥਿਆਉਣ 'ਚ ਕਾਮਯਾਬ ਹੋਏ। ਘਰ ਘਰ ਜਾ ਕੇ ਕਿਸਾਨਾਂ ਦੇ ਜਾ ਕੇ ਫਾਰਮ ਭਰਨੇ ਕਿ ਜਿਸ ਦਿਨ ਕਾਂਗਰਸ ਦੀ ਸਰਕਾਰ ਬਣ ਗਈ ਤੁਸੀਂ ਸਮਝ ਲਓ ਕਿ ਕਰਜ਼ੇ ਤੋਂ ਮੁਕਤ ਜੇ। ਇਕੱਲੇ ਇਕੱਲੇ ਕਿਸਾਨ ਨੂੰ ਪੁੱਛਿਆ ਗਿਆ ਵੀ ਤੇਰਾ ਕਿਹੜੀ ਬੈਂਕ ਦਾ ਕਿੰਨਾ ਕਰਜ਼ਾ ਹੈ, ਤੇਰਾ ਸੁਸਾਇਟੀ ਦਾ ਕਰਜ਼ਾ ਕਿੰਨਾ ਹੈ, ਤੇਰਾ ਆੜ੍ਹਤੀ ਦਾ ਕਰਜ਼ਾ ਕਿੰਨਾ ਹੈ, ਔਰ ਬਕਾਇਦਾ ਜਿਹੜੇ ਫਾਰਮ ਕਲੈਕਟ ਕੀਤੇ ਗਏ। ਔਰ ਏਡਾ ਵੱਡਾ ਭਰੋਸਾ ਲੋਕਾਂ ਨੂੰ ਪਹਿਲੀ ਵਾਰ ਦੇਖਿਆ ਕਿ ਘਰੋਂ ਘਰੀ ਜਾ ਕੇ ਫਾਰਮ ਭਰੇ ਜਾ ਰਹੇ। ਨੌਜਵਾਨਾਂ ਨੂੰ ਘਰ ਘਰ ਨੌਕਰੀ ਦਾ ਲਾਰਾ ਦਿੱਤਾ ਗਿਆ, ਸਮਾਰਟਫੋਨਾਂ ਵਾਸਤੇ ਫਾਰਮ ਭਰੇ ਗਏ। ਜਿਹੜੀ 15,000 ਸ਼ਗਨ ਸਕੀਮ ਸੀ 51,000 ਦੀ ਗੱਲ ਕੀਤੀ ਗਈ, 500 ਬੁਢਾਪਾ ਪੈਨਸ਼ਨ ਸੀ 2,500 ਦੀ ਗੱਲ ਕੀਤੀ ਗਈ। ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਦੇ ਸਕਾਂਗੇ, ਜਿੰਨਾ ਚਿਰ ਨਹੀਂ ਦੇ ਸਕਾਂਗੇ ਉਹਨਾਂ ਨੂੰ, ਉਹਨਾਂ ਚਿਰ 2,500 ਰੁਪਈਆ ਜਿਹੜਾ ਅਸੀਂ ਇਹ ਬੇਰੁਜ਼ਗਾਰੀ ਭੱਤਾ ਦੇਵਾਂਗੇ। ਇਸ ਤਰ੍ਹਾਂ ਦੇ ਅਨੇਕਾਂ ਜਿਹੜੇ ਸੀ ਵਾਅਦੇ ਲੋਕਾਂ ਨਾਲ ਕੀਤੇ, ਔਰ ਲੋਕ ਉਸ ਗੱਲ ਦੇ ਵਿੱਚ ਫਸੇ। ਔਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਸਰਕਾਰਾਂ ਬਣਦੀਆਂ ਵੀ ਦੇਖੀਆਂ ਨੇ, ਔਰ ਲੋਕਾਂ ਨੇ ਇਹ ਸਰਕਾਰ ਬੜੇ ਚਾਅ ਦੇ ਨਾਲ, ਬੜੇ ਉਤਸ਼ਾਹ ਦੇ ਨਾਲ, ਕਿਉਂਕਿ ਮੈਂ ਆਪ ਇਲੈਕਸ਼ਨ ਲੜੀ, ਮੈਂ ਦੇਖਿਆ ਲੋਕਾਂ ਦਾ ਰੁੱਖ, ਦੇਖਿਆ ਲੋਕਾਂ ਦਾ। ਔਰ ਲੋਕ ਸਾਨੂੰ ਇਹ ਵੀ ਕਹਿੰਦੇ ਰਹੇ ਕਿ ਸਾਡੇ ਸਿਰ ਕਰਜ਼ਾ ਜੀ, ਸਾਡਾ ਜੇ ਬੱਚਾ ਨੌਕਰੀ 'ਤੇ ਲੱਗ ਜੂ। ਲੋਕਾਂ ਨੇ ਚਾਅ ਨਾਲ ਸਰਕਾਰ ਬਣਾਈ, ਉਤਸ਼ਾਹ ਨਾਲ, ਪਰ ਜਿੱਡੀ ਛੇਤੀ ਇਹ ਸਰਕਾਰ ਲੋਕਾਂ ਦੇ ਮਨੋਂ ਲੱਥੀ ਹੈ, ਮੇਰਾ ਖਿਆਲ ਪੰਜਾਬ ਦੇ ਇਤਿਹਾਸ 'ਚ ਕਦੀ ਇਹੋ ਜਿਹੀ ਸਰਕਾਰ ਨਾ ਕਦੇ ਆਈ ਹੈ ਅਤੇ ਨਾ ਕਦੇ ਆਉਣੀ। ਅੱਜ ਜਾ ਕੇ ਤੁਸੀਂ ਪਿੰਡਾਂ 'ਚ ਜਾ ਕੇ ਗੱਲ ਕਰਕੇ ਦੇਖੋ ਕੀ ਤੁਸੀਂ ਸਰਕਾਰ ਤੋਂ ਸੰਤੁਸ਼ਟ ਜੇ। 100 ਚੁੱਕ ਤੇ 2-4-5-10% ਕੋਈ ਕਹਿ ਦੇਣ, 90% ਲੋਕ, ਉਹ ਵੀ ਲੋਕ ਜਿਹੜੇ ਮੋਹਰੇ ਹੋ ਕੇ ਕਾਂਗਰਸ ਦੇ ਫਾਰਮ ਭਰਦੇ ਸੀ ਕਿਸਾਨਾਂ ਦੇ, ਉਹ ਵੀ ਕਹਿੰਦੇ ਕਿ ਧੋਖਾ ਹੋ ਗਿਆ। ਇਸ ਕਰਕੇ ਨਿਵੇਕਲੀ ਇਲੈਕਸ਼ਨ ਸੀਗੀ। ਅਸੀਂ 10 ਸਾਲ ਸਾਨੂੰ ਪੰਜਾਬ ਦੇ ਲੋਕਾਂ ਨੇ ਸੇਵਾ ਦਿੱਤੀ, ਸੇਵਾ ਕੀਤੀ ਹੈ, ਅਤੇ ਸਤਿਗੁਰੂ ਦੀ ਕਿਰਪਾ ਨਾਲ ਜਿਹੜਾ ਆਉਣ ਵਾਲਾ ਸਮਾਂ, ਲੋਕ ਅੱਜ ਬਾਦਲ ਸਾਹਿਬ ਨੂੰ ਯਾਦ ਕਰਨ ਲੱਗ ਪਏ, ਬਾਦਲ ਸਾਹਿਬ ਦੇ ਕੰਮਾਂ ਨੂੰ, ਬਾਦਲ ਸਾਹਿਬ ਦੀਆਂ ਸਹੂਲਤਾਂ ਨੂੰ, ਬਾਦਲ ਸਾਹਿਬ ਦੇ ਉਸ ਪ੍ਰਸ਼ਾਸਨ ਨੂੰ ਲੋਕ ਯਾਦ ਕਰਦੇ ਨੇ। ਕਦੀ ਇਹੋ ਜਿਹੀਆਂ ਸਰਕਾਰਾਂ ਦੇਖੀਆਂ ਸੀਗੀਆਂ ਲੋਕਾਂ ਨੇ, ਲੋਕਾਂ ਨੇ ਬੜੀਆਂ ਵੱਡੀਆਂ ਇਸ਼ਾਵਾਂ ਲਾਈਆਂ ਸੀਗੀਆਂ, ਉਹ ਫੇਲ ਹੋਈਆਂ। ਇਸ ਕਰਕੇ ਪਹਿਲੀ ਵਾਰ ਸੀਗੀ ਇੱਕ ਤੀਜੀ ਸਟਰੋਂਗ ਧਿਰ ਜਿਹੜੀ ਸੀਗੀ ਉਹ ਇਲੈਕਸ਼ਨ ਲੜ ਰਹੀ ਸੀ। ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਿਹਾ, ਉਹਦਾ ਵੀ ਨੁਕਸਾਨ ਹੋਇਆ ਅਕਾਲੀ ਦਲ ਨੂੰ ਬਹੁਤ ਜ਼ਿਆਦਾ? ਇਹਦੇ 'ਚ ਕੋਈ ਦਰਾਵਾਂ ਨਹੀਂ ਗਿਆ ਕਿ ਜਿਹੜੀ ਤੀਜੀ ਧਿਰ ਆਈ ਹੈ ਇਹ ਉਹ ਧਿਰ ਸੀ ਜਿਹਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਇੱਕ ਮਹਾਜ਼ ਖੜਾ ਕੀਤਾ। ਉਹਨਾਂ ਦਾ ਕੇਵਲ ਅਤੇ ਕੇਵਲ ਟਾਰਗੇਟ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੀਗੀ। ਉਹਨਾਂ ਨੇ ਜੋ ਕੂੜ ਪ੍ਰਚਾਰ ਕੀਤਾ, ਝੂਠ ਬੋਲਿਆ, ਨਿੱਕੇ ਨਿੱਕੇ ਮੁੱਦਿਆਂ ਨੂੰ ਵੱਡੇ ਬਣਾ ਕੇ ਪੇਸ਼ ਕੀਤਾ, ਉਹਨਾਂ ਨੇ ਸੋਸ਼ਲ ਮੀਡੀਆ ਦਾ ਫਾਇਦਾ ਉਠਾਇਆ, ਔਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ NRI ਸੀਗੇ ਉਹਨਾਂ ਦੇ ਸਪੋਰਟ ਦੇ ਨਾਲ ਪੰਜਾਬ ਦੇ ਲੋਕਾਂ ਦੇ ਮਨ 'ਤੇ ਵੀ ਇਸ ਗੱਲ ਦਾ ਅਸਰ ਹੋਇਆ। ਲੋਕ 10 ਸਾਲ ਤੋਂ ਦੇਖ ਰਹੇ ਸੀਗੇ, ਔਰ ਜਿਹੜੀ ਜਨਰੇਸ਼ਨ ਅੱਜ ਤੋਂ 10 ਸਾਲ ਪਿੱਛੇ ਚਲੇ ਜੀ, ਅੱਜ 18 ਸਾਲ ਦਾ ਹੋਇਆ, ਉਦੋਂ 8 ਸਾਲ ਦਾ ਸੀ, ਉਹਨੂੰ ਪਤਾ ਹੀ ਨਹੀਂ ਸੀ ਸਰਕਾਰ ਨਾਲ ਦੀ ਕੀ ਚੀਜ਼ ਹੁੰਦੀ ਹੈ, ਉਹਦੀ 18 ਸਾਲ ਦੀ ਵੋਟ ਬਣੀ। ਜਿਹੜਾ 2007 ਦੇ ਵਿੱਚ ਜਿਹਦੀ ਵੋਟ ਨਹੀਂ ਸੀ ਬਣੀ, ਅੱਜ ਉਹਦੀ ਵੋਟ ਬਣੀ ਹੈ। 2012 'ਚ ਵੋਟ ਨਹੀਂ ਸੀ ਬਣੀ, ਹੁਣ ਬਣੀ ਹੈ, ਉਹਨੂੰ ਸਰਕਾਰਾਂ ਨਾਲ ਕੋਈ ਲਾਗਾ ਦੇ ਗਿਆ ਨਹੀਂ ਸੀ। ਉਹਨੇ ਦੇਖਿਆ ਇੱਕ ਸ਼ਾਇਦ ਰੂਟੀਨ ਦਾ ਕੰਮ ਹੈ, ਅਤੇ ਆਹ ਸਾਨੂੰ ਕਾਂਗਰਸ ਸਰਕਾਰ, ਕਾਂਗਰਸ ਪਾਰਟੀ ਜਾਂ ਦੂਸਰੇ ਜਿਹੜੇ ਲੋਕ ਨੇ ਸਾਡੇ ਨਾਲ ਗੱਲਾਂ ਕਰ ਰਹੇ ਨੇ, ਜਿਹੜੀਆਂ ਦੂਸਰੀਆਂ ਪਾਰਟੀਆਂ ਨੇ, ਅਤੇ ਇਹ ਤਾਂ ਅਕਾਲੀ ਦਲ ਅਤੇ ਇਹਦੇ ਨੇੜੇ ਤੇੜੇ ਵੀ ਹੈ ਨਹੀਂ, ਸਾਨੂੰ ਤਾਂ ਸਾਰਾ ਕੁਛ ਮਿਲਣਾ ਹੈ, ਉਹਨਾਂ ਦੀ ਗੱਲਾਂ 'ਚ ਆਏ ਨੇ।
ਅੱਜ ਕਿੱਥੇ ਆਮ ਆਦਮੀ ਪਾਰਟੀ ਹੈਗੀ ਪੰਜਾਬ 'ਚ? ਕਿਤੇ ਨਜ਼ਰ ਆਉਂਦੀ ਹੈ? ਕਿਤੇ ਕੋਈ ਉਹਨਾਂ ਦੀ ਗੱਲਬਾਤ ਨਜ਼ਰ ਆਉਂਦੀ? ਕਿਉਂਕਿ ਇੱਕ ਬੁਲਬੁਲਾ ਸੀ ਪਾਣੀ ਵਾਂਗ ਉੱਠਿਆ। ਹਾਂ, 2017 ਦੀ ਇਲੈਕਸ਼ਨ ਨਿਵੇਕਲੀ ਇਲੈਕਸ਼ਨ ਸੀ, 3 ਧਿਰੀ ਵੀ ਹੋਈ ਹੈ, ਪਰ 2022 ਦੀ ਜਿਹੜੀ ਇਲੈਕਸ਼ਨ ਹੈ ਉਹਦੇ 'ਚ ਮੇਰਾ ਖਿਆਲ ਫਿਰ 2-3 ਇਲੈਕਸ਼ਨ ਚੱਲੂਗੀ। ਸੋਸ਼ਲ ਮੀਡੀਆ ਦਾ ਬੜਾ ਵੱਡਾ ਰੋਲ ਸੀ, ਸ਼ਾਇਦ ਪਹਿਲੀ ਇਲੈਕਸ਼ਨ ਸੀ, ਉਹਦਾ ਨੁਕਸਾਨ ਹੋਇਆ ਅਕਾਲੀ ਦਲ ਨੂੰ, ਕਿਉਂਕਿ ਪਿਛਲੇ 20 ਸਾਲ 'ਚ 15 ਸਾਲ ਤੁਹਾਡੀ ਪਾਰਟੀਆਂ ਰਾਜ ਕੀਤਾ, ਕੰਮ ਵੀ ਬਹੁਤ ਕੀਤੇ, ਦਾਅਵੇ ਵੀ ਕਰਦੇ ਹੋ, ਔਰ ਪਹਿਲੀ ਵਾਰ ਸੀ ਕਿ ਅਕਾਲੀ ਦਲ ਡਿਵੈਲਪਮੈਂਟ ਦੇ ਮੁੱਦੇ 'ਤੇ ਇਲੈਕਸ਼ਨ ਲੜ ਰਿਹਾ ਸੀ। ਉਸ ਦੇ ਬਾਵਜੂਦ ਇੰਨਾ ਮਾੜਾ ਪਾਰਟੀ ਦਾ ਹਾਲ ਹੋਣਾ, ਸੀਟਾਂ ਦੀ, ਚਲੋ ਵੋਟ ਬੈਂਕ ਤੁਹਾਡਾ ਬਹੁਤ ਜ਼ਿਆਦਾ ਨਹੀਂ ਖਿਸਕਿਆ, ਲੇਕਿਨ ਸੀਟਾਂ ਬਹੁਤ ਘੱਟ ਆਈਆਂ ਨੇ। ਮੈਂ ਪਹਿਲੋਂ ਗੱਲ ਕਰ ਦਿੱਤੀ ਹੈ ਜੀ ਕਿ ਇਲੈਕਸ਼ਨ ਨਿਵੇਕਲੀ ਸੀਗੀ, ਔਰ ਜਿਸ ਤੱਕ ਸੋਸ਼ਲ ਮੀਡੀਆ ਦੀ ਤੁਸੀਂ ਗੱਲ ਕੀਤੀ ਹੈ, ਪੰਜਾਬ ਦੀ ਵਿਧਾਨ ਸਭਾ ਇਹ ਪਹਿਲੀ ਇਲੈਕਸ਼ਨ ਸੀ ਜਿਹਦੇ ਵਿੱਚ ਸੋਸ਼ਲ ਮੀਡੀਆ ਨੇ ਵੱਡਾ ਰੋਲ ਅਦਾ ਕੀਤਾ, ਔਰ ਮੈਂ ਵੀ, ਮੇਰੇ ਵਰਗੇ ਹੋਰ ਸੱਜਣ ਵੀ, ਅਸੀਂ ਆਪਣੀ ਹਾਈਕਮਾਂਡ ਨੂੰ ਸ਼ੁਰੂ ਤੋਂ ਕਹਿੰਦੇ ਰਹੇ ਕਿ ਆਪਣੇ ਉੱਤੇ ਜਿਹੜੀ ਦੂਸਰੀਆਂ ਪਾਰਟੀਆਂ ਨੇ, ਖਾਸ ਕਰਕੇ ਆਮ ਆਦਮੀ ਪਾਰਟੀ, ਜਿਹੜਾ ਉਹਦਾ ਸੋਸ਼ਲ ਮੀਡੀਆ ਹਾਵੀ ਹੋ ਰਿਹਾ, ਆਪਣੇ ਵਿਰੁੱਧ ਕੂੜ ਪ੍ਰਚਾਰ ਕੀਤਾ ਜਾ ਰਿਹਾ, ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਨੂੰ ਇਹਨੂੰ ਕਾਊਂਟਰ ਕਰਨਾ ਚਾਹੀਦਾ। ਅਸੀਂ ਉਹਦੇ 'ਚ ਲੇਟ ਹੋਏ ਹਾਂ, ਬਾਅਦ 'ਚ ਸਾਡਾ ਵੀ ਸੋਸ਼ਲ ਮੀਡੀਆ ਬਹੁਤ ਮਜ਼ਬੂਤ ਹੋਇਆ, ਪਰ ਟੂ ਲੇਟ, ਬਹੁਤ ਜ਼ਿਆਦਾ ਲੇਟ ਅਸੀਂ ਹੋ ਗਏ ਸੀ ਉਹਦੇ ਵਿੱਚ। ਅਤੇ ਅਸੀਂ ਜਿਹੜੇ ਕੰਮ ਕੀਤੇ ਇਹੀ ਸੀਗਾ ਵੀ ਸਾਡੀ ਲੀਡਰਸ਼ਿਪ ਇਹ ਕਹਿੰਦੀ ਕਿ ਆਪਾਂ ਲੋਕਾਂ ਦੀ ਸੇਵਾ ਕਰ ਰਹੇ ਹਾਂ, ਲੋਕਾਂ ਨੂੰ ਡਿਵੈਲਪਮੈਂਟ ਦੇ ਰਹੇ ਹਾਂ, ਲੋਕਾਂ ਨੂੰ ਫੈਸਿਲੀਟੇਟ ਕਰ ਰਹੇ ਹਾਂ, ਲੋਕਾਂ ਨੂੰ ਸਹੂਲਤਾਂ ਦੇ ਰਹੇ ਹਾਂ, ਲੋਕਾਂ ਨੂੰ ਸਬਸਿਡੀ ਦੇ ਰਹੇ ਹਾਂ, ਔਰ ਆਪਦੀ ਵੱਲੋਂ ਹਰ ਪੱਖ ਤੋਂ ਕੋਸ਼ਿਸ਼ ਕੀਤੀ ਕਿ ਚੰਗੀ ਸਰਕਾਰ ਦੇਈਏ। ਇਸ ਕਰਕੇ ਲੋਕ ਅਖੀਰ ਜਿਹੜੇ ਲੋਕ ਕੰਮ ਨੂੰ ਪਸੰਦ ਕਰਦੇ ਨੇ, ਪਰ ਕਿਉਂਕਿ ਕੁਛ ਮੁੱਦੇ ਇਸ ਤਰ੍ਹਾਂ ਦੇ ਪੈਦਾ ਹੋਏ ਪੰਜਾਬ ਦੇ ਅੰਦਰ, ਚਾਹੇ ਉਹ ਬਗਰਾੜੀ ਕਾਂਡ ਸੀ, ਚਾਹੇ ਬਹਿਬਲ ਕਲਾਂ ਸੀ, ਚਾਹੇ ਡਰੱਗ ਦੇ ਮੁੱਦੇ ਨੂੰ ਏਡਾ ਵੱਡਾ ਬਣਾ ਦਿੱਤਾ ਗਿਆ, ਹਰੇਕ ਚੀਜ਼ ਨੂੰ ਮਾਫੀਏ ਦੇ ਨਾਲ ਜੋੜ ਦਿੱਤਾ ਗਿਆ, ਉਹਨਾਂ ਚੀਜ਼ਾਂ ਨੇ ਲੋਕਾਂ ਦੇ ਮਨ 'ਤੇ ਥੋੜ੍ਹਾ ਬਹੁਤਾ ਅਸਰ ਕੀਤਾ, ਉਹਨੇ ਸਾਨੂੰ ਇਫੈਕਟ ਵੀ ਕੀਤਾ ਹੈ, ਪਰ ਕਿਉਂਕਿ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਅਸਲੀਅਤ ਕੀ ਹੈ ਅਤੇ ਸੱਚ ਕੀ ਹੈ। ਸਰਕਾਰ ਨੇ 100 ਦਿਨ ਪੂਰੇ ਕਰ ਲਏ ਆ, ਕਰੀਬ 5 ਮਹੀਨੇ ਹੋਣ ਵਾਲੇ ਸਰਕਾਰ ਨੂੰ, ਔਰ ਕਿਵੇਂ ਦੀ ਕਾਰਗੁਜ਼ਾਰੀ ਦੇਖਦੇ ਹੋ? ਬੜੇ ਬੜੇ ਵੱਡੇ ਵਾਅਦੇ ਕੀਤੇ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ, ਔਰ ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਜਿਹੜਾ ਡਰੱਗਸ ਸੀਗੇ ਉਹ 80% ਤੱਕ ਰੋਕ ਲਾਤੀ ਗਈ ਹੈ, ਕੀ ਸੱਚਾਈ ਇਹਦੇ ਵਿੱਚ? 150 ਦਿਨ ਹੋ ਗਏ ਜੀ ਅਤੇ 150 ਕਿਸਾਨ ਖੁਦਕੁਸ਼ੀ ਕਰ ਗਏ, ਔਰ ਜਿਸ ਤਰੀਕੇ ਨਾਲ ਧੜਾ ਧੜ ਕਿਸਾਨ ਔਰ ਨੌਜਵਾਨ ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀ ਕਰ ਰਹੇ ਨੇ, ਚਿੰਤਾ ਦਾ ਵਿਸ਼ਾ ਹੈ। ਕਿਉਂ ਕਰ ਰਹੇ ਨੇ? ਕਿਉਂ ਇਹ ਰੇਸ਼ੋ ਵਧੀ ਹੈ, ਕਿਉਂ ਗਿਣਤੀ ਵੱਧ ਰਹੀ ਹੈ ਕਿਸਾਨਾਂ ਦੀ ਖੁਦਕੁਸ਼ੀ ਦੀ? ਇਸ ਕਰਕੇ ਵੱਧ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਅਤੇ ਸਮੁੱਚੀ ਕਾਂਗਰਸ ਨੇ ਕਿਸਾਨ ਨੂੰ ਵਿਸ਼ਵਾਸ ਹੀ ਏਡਾ ਵੱਡਾ ਦਵਾਤਾ ਸੀ ਕਿ ਸਾਡੀ ਸਰਕਾਰ ਬਣ ਗਈ ਅਤੇ ਤੂੰ ਸੁਰਖਰੂ। ਉਸ ਤੋਂ ਬਾਅਦ ਹੁਣ ਹਰੇਕ ਨੂੰ ਕਲੀਅਰ ਹੈ ਕਿ ਇਹ ਸਾਨੂੰ ਇੱਕ ਜਾਲ 'ਚ ਫਸਾ ਦਿੱਤਾ ਗਿਆ ਜਿਹ 'ਚੋਂ ਅਸੀਂ ਨਿਕਲ ਨਹੀਂ ਸਕਦੇ। ਔਰ ਪਹਿਲੀ ਤਾਂ ਗੱਲ ਕਹਿ ਦਿੱਤਾ ਗਿਆ ਜੀ, ਅਸੀਂ ਜਿਹੜਾ ਕਿਸਾਨੀ ਦੇ ਨਾਲ ਸੰਬੰਧਿਤ ਕਰਜ਼ਾ ਹੈ, ਜਿਹੜਾ ਕਰੋਪ ਲੋਨ ਹੈ, ਕਿਸਾਨੀ ਦੇ ਨਾਲ ਵੀ ਨਹੀਂ, ਜਿਹੜਾ ਕੇਵਲ ਕਰੋਪ ਲੋਨ ਹੈ ਉਹ ਮਾਫ਼ ਕਰਾਂਗੇ। ਕਰੋਪ ਲੋਨ ਕਿੰਨਾ ਕੁ ਹੁੰਦਾ ਜੀ? ਤੁਸੀਂ ਕਿਤੇ ਦੇਖਿਆ ਜੇ ਕਿਸਾਨੀ ਨਾਲ ਸੰਬੰਧਿਤ, ਜੇ ਮਾੜਾ ਮੋਟਾ ਤੁਸੀਂ ਜਾਣਦੇ ਜੇ ਤਾਂ ਕਰੋਪ ਲੋਨ ਦਾ ਪਤਾ ਲੱਗ ਜੂਗੇ। ਅੱਛਾ, ਕਰੋਪ ਲੋਨ ਲੈਂਦੇ ਕੌਣ ਨੇ? ਬੈਂਕਾਂ 'ਚੋਂ ਜਾਂ ਸੁਸਾਇਟੀਆਂ 'ਚੋਂ ਜਾਂ ਸੁਸਾਇਟੀਆਂ 'ਚੋਂ? ਸੁਸਾਇਟੀਆਂ 'ਚ ਉਹ ਲੈਂਦੇ ਨੇ ਜਿਹੜੇ ਛੋਟਾ ਕਿਸਾਨ ਦੇ ਸੁਸਾਇਟੀ ਦਾ ਮੈਂਬਰ ਹੀ ਹੈ ਨਹੀਂ, 2-2.5 ਏਕੜ ਵਾਲਾ, 3 ਏਕੜ ਵਾਲਾ, 4 ਏਕੜ ਵਾਲਾ ਤਾਂ ਮੈਂਬਰ ਹੀ ਹੈ ਨਹੀਂ। ਉੱਥੇ ਜਿਹੜੇ ਮੈਂਬਰ ਵੀ ਨੇ ਉਹ 10 ਏਕੜ ਤੋਂ ਉੱਪਰ ਵਾਲੇ ਨੇ। ਇਸ ਕਰਕੇ ਜਿਹੜਾ ਆ ਕਿਸਾਨ ਜਾਲ 'ਚ ਫਸ ਗਿਆ। ਅੱਜ 150 ਦਿਨ ਹੋ ਗਿਆ ਅਤੇ 150 ਦੇ ਉੱਤੇ ਕਿਸਾਨ ਖੁਦਕੁਸ਼ੀ ਕਰ ਗਏ, ਔਰ ਬੜਾ ਵੱਡਾ ਕਲੰਕ ਹੈ ਜੀ। ਕਿਸਾਨਾਂ ਨੇ ਖੁਦਕੁਸ਼ੀ ਪਹਿਲਾਂ ਵੀ ਹੁੰਦੀਆਂ ਨੇ, ਹੁਣ ਵੀ ਹੋ ਰਹੀਆਂ ਨੇ। ਪੂਰੇ ਹਿੰਦੁਸਤਾਨ 'ਚੋਂ ਸ਼ਾਇਦ ਪੰਜਾਬ ਪਹਿਲਾ ਪ੍ਰਦੇਸ਼ ਹੈ ਜਿਹਦੇ 'ਚ ਕਿਸੇ ਕਿਸਾਨ ਨੇ ਖੁਦਕੁਸ਼ੀ ਕੀਤੀ ਅਤੇ ਉਹਦਾ ਜ਼ਿੰਮੇਵਾਰ ਮੌਜੂਦਾ ਸਰਕਾਰ ਨੂੰ ਠਹਿਰਿਆ। ਕਿ ਮੈਂ ਬੜੀ ਆਸ਼ਾ ਦੇ ਨਾਲ ਵੋਟ ਪਾਈ ਸੀ, ਮੈਨੂੰ ਕਿਹਾ ਗਿਆ ਸੀ ਤੇਰਾ ਕਰਜ਼ਾ ਮਾਫ਼ ਹੋ, ਪਰ ਮੇਰੇ ਨਾਲ ਧੋਖਾ ਕੀਤਾ ਹੈ ਅਤੇ ਮੇਰੀ ਮੌਤ ਦੇ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਹੈ, ਕੈਪਟਨ ਸਰਕਾਰ ਹੈ। ਇਹ ਪਹਿਲੀ ਵਾਰ ਤੁਸੀਂ ਦੇਖ ਲਿਆ ਜੀ, ਮੇਰੇ ਮੈਂ ਆਪਣੇ ਅੰਦਾਜ਼ੇ ਨਾਲ ਕਹਿ ਰਿਹਾ, ਇਹ ਪੰਜਾਬ ਦੇ ਕਿਸਾਨ ਦੀ ਇਹ ਹਾਲਤ ਹੈ। ਔਰ ਡਰੱਗ ਦੇ ਬਾਰੇ ਇਸੇ ਕਾਂਗਰਸ ਨੇ, ਚਾਹੇ ਰਾਹੁਲ ਗਾਂਧੀ ਨੇ, ਚਾਹੇ ਕੈਪਟਨ ਅਮਰਿੰਦਰ ਸਿੰਘ ਨੇ, ਇਹਨਾਂ ਨੇ ਬੜਾ ਗਲਤ ਪ੍ਰਚਾਰ ਕੀਤਾ। ਅਸੀਂ ਕਦੇ ਵੀ ਨਹੀਂ ਕਿਹਾ ਕਿ ਪੰਜਾਬ 'ਚ ਡਰੱਗ ਹੈ ਨਹੀਂ। ਡਰੱਗ ਜਿਹੜੀ ਇੰਟਰਨੈਸ਼ਨਲ ਸਮੱਸਿਆ ਹੈ, ਹਿੰਦੁਸਤਾਨ ਦੀ ਸਮੱਸਿਆ ਹੈ, ਪੰਜਾਬ ਦੀ ਸਮੱਸਿਆ ਹੈ, ਪਰ ਕੰਪੈਰੇਟਿਵਲੀ ਅਦਰ ਸਟੇਟਸ ਜਿਹੜੇ ਬਾਕੀ ਸੂਬੇ ਨੇ ਉਹਨਾਂ ਨਾਲੋਂ ਪੰਜਾਬ 'ਚ ਘੱਟ ਹੈ।
ਪਰ ਪੰਜਾਬ 'ਚ ਰਿਕਵਰੀ ਜ਼ਿਆਦਾ ਹੈ ਕਿਉਂਕਿ ਬਾਰਡਰ ਸਟੇਟ ਹੈ। ਜਿਹੜੀ ਬਾਰਡਰ ਤੋਂ ਕ੍ਰੋਸ ਹੁੰਦੀ ਹੈ ਜਾਂ ਬਾਰਡਰ 'ਤੇ ਫੜੀ ਜਾਂਦੀ ਹੈ ਜਾਂ ਪੰਜਾਬ 'ਚੋਂ ਲੰਘਦੀ ਹੋਈ ਫੜੀ ਜਾਂਦੀ ਹੈ, ਇਸ ਕਰਕੇ ਇੱਥੇ ਹੈਵੀ ਰਿਕਵਰੀ ਹੁੰਦੀ। ਉਹਦੇ ਕਰਕੇ ਪੰਜਾਬ ਨੂੰ 70% ਨਸ਼ੇੜੀ ਕਹਿ ਦਿੱਤਾ। ਕਿੰਨੇ ਕਿਹਾ? ਕੈਪਟਨ ਅਮਰਿੰਦਰ ਸਿੰਘ ਜੀ ਨੇ, ਰਾਹੁਲ ਗਾਂਧੀ ਜੀ ਨੇ। ਅਸੀਂ ਉਦੋਂ ਕਿਹਾ ਸੀਗਾ ਕਿ ਹੈਗੀ ਡਰੱਗ, 1% ਵੀ ਨਹੀਂ। ਬਕਾਇਦਾ ਜਿਹੜੇ ਆ ਪੁਲਿਸ ਦੀ ਭਰਤੀ ਹੋਈ, ਉੱਥੇ ਡਰੱਗ ਟੈਸਟ ਰੱਖਿਆ ਗਿਆ, ਉਹਦੇ 'ਚ ਸਾਰਾ ਨਿਤਾਰਾ ਵੀ ਹੋਇਆ। ਔਰ ਅੱਜ ਹੁਣ ਕੀ ਕਹਿੰਦੇ ਕਿ ਸਰਕਾਰ ਬਣਦੀ ਹੈ, ਕਿਹੜਾ ਅਲਾਦੀਨ ਦਾ ਚਿਰਾਗ ਆ ਗਿਆ? ਕੋਈ ਕਹਿੰਦਾ ਜੀ ਡਰੱਗ ਖਤਮ ਹੀ ਹੋ ਗਈ, ਕੋਈ ਕਹਿੰਦਾ ਜੀ 90% ਖਤਮ ਹੋ ਗਈ। ਨਾਲ ਹੀ ਇੱਕ ਬੜੇ ਦਾਅਵੇ ਨਾਲ ਕਿਹਾ ਜਾਂਦਾ ਕਿ ਜਿਹੜੇ ਸਮਗਲਰ ਸੀਗੇ ਉਹ ਪੰਜਾਬ ਛੱਡ ਕੇ ਭੱਜ ਗਏ। ਅਸੀਂ ਮੈਂ ਕਈ ਵਾਰ ਕਿਹਾ, ਸਾਡੀ ਲੀਡਰਸ਼ਿਪ ਨੇ ਕਿਹਾ ਕਿ ਕਿਹੜੇ ਉਹ ਸਮਗਲਰ ਨੇ ਜਿਹੜੇ ਡਰੱਗ ਦੇ ਵਿੱਚ ਇਨਵੋਲਵ ਸੀਗੇ ਔਰ ਉਹ ਪੰਜਾਬ ਛੱਡ ਕੇ ਭੱਜ ਕੇ, ਪੰਜਾਬ ਦੇ ਲੋਕਾਂ ਨੂੰ ਤੂੰ ਦੱਸੋ, ਉਹਨਾਂ ਦੀ ਲਿਸਟ ਲਿਆਓ। ਫਿਰ ਤੁਸੀਂ ਕਹਿੰਦੇ ਸੀ ਕਿ 70% ਪੰਜਾਬੀ ਨਸ਼ੇੜੀ ਨੇ, ਖਾਸ ਕਰਕੇ ਯੂਥ ਜਿਹੜੇ ਡਿਟਿਕਟ ਸੈਂਟਰ ਨੇ, ਜਿਹੜੇ ਨਸ਼ਾ ਛਡਾਊ ਕੇਂਦਰ ਨੇ, ਉਹਨਾਂ 'ਚ ਤਾਂ ਕੋਈ ਆਇਆ ਨਹੀਂ। ਨਸ਼ਾ ਕਿਸੇ ਨੇ ਛੱਡਿਆ ਨਹੀਂ, ਨਸ਼ਾ ਛੱਡਣ ਵਾਸਤੇ ਕੋਈ ਨਹੀਂ ਆਇਆ। ਅਤੇ ਫਿਰ ਨਸ਼ਾ ਜਿਹੜੇ, ਦੇਖੋ ਇਹ ਨਸ਼ਾ ਇਸ ਤਰ੍ਹਾਂ ਦੀ ਬਿਮਾਰੀ ਹੈ, ਜੇ ਕੋਈ ਉਹਦਾ ਆਦੀ ਹੈ ਉਹਦਾ ਉਹਨੂੰ ਇਲਾਜ ਕਰਾਉਣਾ ਪਊ, ਤਦ ਨਸ਼ਾ ਛੱਡੂ। ਇਹ ਕਹਿੰਦੇ ਨਸ਼ਾ ਮਿਲਣੋਂ ਹਟ ਗਿਆ, ਲੋਕ ਪੀਣੋਂ ਹਟ ਗਏ, ਲੋਕ ਵਰਤਣੋਂ ਹਟ ਗਏ, ਇਸ ਕਰਕੇ ਸਭ ਝੂਠ। ਉਹਦਾ ਸੱਚ ਕੀ ਹੈ? 3 ਵਾਰ MLA ਕਾਂਗਰਸ ਦੇ ਸੀਨੀਅਰ MLA ਸੀਨੀਅਰ ਲੀਡਰ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਸੁਰਜੀਤ ਸਿੰਘ ਧੁਮਾਨ ਨੇ ਸੱਚ ਬੋਲਿਆ, ਜਿਹੜਾ ਕੋਈ ਮਾੜਾ ਮੋਟਾ ਜਿਹਦੀ ਅੰਤਰਾਤਮਾ ਜਾਗਦੀ ਹੈ, ਜਿਹਦੀ ਜ਼ਮੀਰ 'ਤੇ ਬੋਝ ਬਣਦਾ ਹੈ, ਉਸ ਮਨੁੱਖ ਨੇ ਕਿਹਾ ਕਿ ਮੇਰੀ ਜ਼ਮੀਰ 'ਤੇ ਬੋਝ ਬਣਦਾ ਸੀ, ਮੈਂ ਨਹੀਂ ਇੰਨਾ ਝੂਠ ਟੋਲਰੇਟ ਕਰ ਸਕਦਾ, ਮੈਂ ਸੱਚ ਬੋਲਿਆ। ਕਿ ਅੱਜ ਵੀ ਨਸ਼ਾ ਵਿਕਦਾ ਹੈ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਅਤੇ ਕਾਂਗਰਸ ਲੀਡਰਾਂ ਦੀ ਸ਼ਹਿ ਦੇ ਉੱਤੇ। ਅੱਜ ਦਾ ਤੁਸੀਂ ਅਜੀਤ ਅਖਬਾਰ ਪੜ੍ਹੋ, ਤਰਨ ਤਾਰਨ ਐਡੀਸ਼ਨ ਪੜ੍ਹੋ, 4 ਕਾਲਮ ਦੀ ਖਬਰ ਲੱਗੀ ਹੈ ਕਿ ਕਾਂਗਰਸ ਦਾ ਪ੍ਰਧਾਨ ਜਿਹੜਾ ਆ ਨਸ਼ਾ ਵੇਚ ਰਿਹਾ, ਡਰੱਗ ਵੇਚ ਰਿਹਾ, ਕੋਈ ਬੱਚਾ ਉੱਥੇ ਮਰ ਗਿਆ। ਲੇਡੀਜ਼ ਨੇ ਜਾ ਕੇ ਥਾਣੇ ਅੱਗੇ ਸਿਆਪਾ ਕੀਤਾ। ਇਹ ਪੋਜੀਸ਼ਨ ਹੈ ਨਸ਼ੇ ਦੀ। ਨਸ਼ਾ ਅਸੀਂ ਕਦੇ ਵੀ ਨਹੀਂ ਕਿਹਾ ਪੰਜਾਬ 'ਚ ਹੈ ਨਹੀਂ ਸੀ, ਪਰ ਨਸ਼ਾ ਜਿਸ ਤਰ੍ਹਾਂ ਵੱਧ ਰਿਹਾ ਹੁਣ, ਜਿਸ ਤਰ੍ਹਾਂ ਦੀ ਉਹਨੂੰ ਸਰਪ੍ਰਸਤੀ ਮਿਲ ਰਹੀ ਹੈ, ਇਹ ਚਿੰਤਾ ਦਾ ਵਿਸ਼ਾ ਹੈ। ਕੈਪਟਨ ਅਮਰਿੰਦਰ ਸਿੰਘ ਪਤਾ ਨਹੀਂ ਮਾਯੂਸ ਨੇ, ਜਾਂ ਹੁਣ ਉਹਨਾਂ 'ਚ ਉਹ ਕੈਪੇਬਿਲਿਟੀ ਨਹੀਂ ਰਹੀ, ਜਾਂ ਉਹਨਾਂ 'ਚੋਂ ਸ਼ਕਤੀ ਨਹੀਂ ਰਹੀ, ਜਾਂ ਐਨਰਜੀ ਨਹੀਂ ਰਹੀ ਕਿ ਉਹ ਕੋਈ ਉਹਨਾਂ ਦੀ ਸਰਕਾਰ ਦੇ ਉੱਤੇ, ਤੰਤਰ ਦੇ ਉੱਤੇ, ਕੋਈ ਆਪਦੀ ਪ੍ਰਸ਼ਾਸਨ ਦੇ ਉੱਤੇ, ਜਾਂ ਆਪਦੀ ਜਿਹੜੀ ਲੀਡਰਸ਼ਿਪ ਥੱਲੇ ਤੱਕ ਕਿਸੇ 'ਤੇ ਕਮਾਂਡ ਨਜ਼ਰ ਨਹੀਂ ਆਉਂਦੀ। ਆਪੋ ਤਾਪੀ ਪਈ ਹੈ, ਲੁੱਟ ਪਈ ਹੈ, ਅਤੇ ਗੁੰਡਾਗਰਦੀ ਵੀ ਜ਼ੋਰਾਂ 'ਤੇ ਰੋਜ਼ ਤੁਸੀਂ ਦੇਖਦੇ ਜੋ ਬਣ ਰਿਹਾ। ਗੈਂਗਸਟਰ ਜਿਹੜੇ ਨੇ ਸ਼ਰੇਆਮ ਪਹਿਲੋਂ ਕਹਿੰਦੇ ਕਿ ਫਲਾਣੇ ਨੂੰ ਮਾਰਨਾ, ਮਾਰਦੇ। ਲੇਕਿਨ ਉਹ ਤੁਹਾਡੀ ਸਰਕਾਰ 'ਚ ਵੀ 52 ਗੈਂਗ ਸੀਗੇ, DGP ਜਿਹੜੇ ਮੌਜੂਦਾ DGP ਉਦੋਂ ਹੀ ਸੀਗੇ ਸੁਰੇਸ਼ ਅਰੋੜਾ, ਉਹਨਾਂ ਨੇ ਦਾਅਵਾ ਕੀਤਾ ਸੀ ਕਿ 57 ਗੈਂਗ ਨੇ, ਔਰ ਕਿਤੇ ਨਾ ਕਿਤੇ ਪੋਲੀਟੀਕਲੀ ਉਹਨਾਂ ਨੂੰ ਪੈਟਰਨਾਈਜ ਮਿਲਦਾ ਹੈ, ਇਸ ਕਰਕੇ ਉਹ ਵੱਡੀਆਂ ਵੱਡੀਆਂ ਵਾਰਦਾਤ ਕਰ ਰਿਹਾ, ਕੋਈ ਕਾਨੂੰਨ ਦਾ ਡਰ ਨਹੀਂ ਰਿਹਾ। ਬੇਨਤੀ ਹੈ ਜੀ, ਸੁਰੇਸ਼ ਅਰੋੜਾ ਜੀ ਨੇ 57 ਗੈਂਗ ਦੱਸ ਦਿੱਤੇ। ਤੁਸੀਂ 11 ਮਾਰਚ ਤੋਂ ਪਹਿਲਾਂ ਜਾਂ ਦਸੰਬਰ ਜਦੋਂ ਕੋਡ ਆਫ ਕੰਡਕਟ ਲਗਾਇਆ, ਤੁਸੀਂ ਕੋਡ ਆਫ ਕੰਡਕਟ ਤੋਂ ਪਹਿਲਾਂ ਦੀਆਂ ਵਾਰਦਾਤਾਂ ਕਢਾ ਲਓ, ਜੇ ਗੈਂਗਸਟਰ ਦੀਆਂ ਵਾਰਦਾਤਾਂ ਕਿੰਨੀਆਂ ਸੀ ਪੰਜਾਬ 'ਚ, ਅਤੇ ਹੁਣ ਤੁਸੀਂ ਕਢਾ ਲਓ, ਅਤੇ ਹੁਣ ਉਹਨਾਂ ਦੇ ਕੰਮ ਕਰਨ ਦਾ ਤਰੀਕਾ, ਉਹਨਾਂ ਦੀ ਜ਼ਰੂਰਤ, ਤੁਹਾਨੂੰ ਆਪਣੇ ਪਤਾ ਲੱਗ ਜੂਗਾ ਕਿ ਕਿਹੜੇ ਲੋਕ ਸ਼ਹਿ ਦਿੰਦੇ ਨੇ। ਅੱਜ ਤਾਂ ਜੇ ਅਕਾਲੀ ਦਲ ਵਾਲੇ ਸ਼ਹਿ ਦਿੰਦੇ ਰਹੇ ਨੇ, ਅੱਜ ਤਾਂ ਕਾਂਗਰਸ ਦਾ ਰਾਜ ਹੈ। ਅੱਜ ਦਿਨੋਂ ਦਿਨ ਗਿਣਤੀ ਕਿਉਂ ਵੱਧ ਰਹੀ ਹੈ? ਦਿਨੋਂ ਦਿਨ ਘਟਨਾਵਾਂ ਕਿਉਂ ਵੱਧ ਰਹੀਆਂ ਨੇ? ਕਿਉਂ ਰੋਜ਼ ਹੀ ਇਹੋ ਜਿਹੀਆਂ ਵਾਰਦਾਤਾਂ ਪੰਜਾਬ 'ਚ ਵਾਪਰ ਰਹੀਆਂ ਨੇ ਕਿ ਆਮ ਨਾਗਰਿਕ ਜਿਹੜਾ ਆ ਬਾਹਰ ਨਿਕਲਣ ਲੱਗਾ ਡਰਦਾ, ਰਾਤ ਨੂੰ ਖਾਸ ਕਰਕੇ ਕਹਿੰਦਾ ਕਿ ਮੈਂ ਟਾਈਮ ਨਾਲ ਹੀ ਘਰੇ ਵੜ ਜਾ। ਕਾਂਗਰਸ ਸਰਕਾਰ ਦਾ ਵੀ ਦਾਅਵਾ ਕਿ ਅਸੀਂ STF ਬਣਾਈ ਹੈ ਔਰ ਬੜਾ ਇਫੈਕਟਿਵਲੀ ਕੰਮ ਕਰ ਰਹੀ ਹੈ, ਉਹ ਇੱਕ ਪੰਜਾਬ 'ਚ ਮਾਹੌਲ ਵੀ ਬਣਾਇਆ ਜਾ ਰਿਹਾ ਕਿ ਡਰੱਗਸ ਜਿਹੜੇ ਉਹਨਾਂ ਦਾ ਬਾਈਕਆਊਟ ਕਰੋ ਜਿਹੜੇ ਡਰੱਗਸ ਵੇਚਦੇ ਆ, ਔਰ ਉਹਦਾ ਅਸਰ ਵੀ ਉਹ ਦਾਅਵਾ ਕਰ ਰਿਹਾ ਕਿ ਬਹੁਤ ਮਿਲ ਰਿਹਾ। STF ਨੇ ਇੱਕ ਪੰਜਾਬ ਪੁਲਿਸ ਇੰਸਪੈਕਟਰ ਵੀ ਪਕੜੇ ਨੇ, ਔਰ ਇਹੋ ਜਿਹਾ ਵੀ ਗੱਲ ਆ ਰਹੀ ਕਿ ਬੜੇ ਬੜੇ ਵੱਡੇ ਨਾਮ ਜਿਹੜੇ ਆ ਉਹ ਤਫਤੀਸ਼ 'ਚ ਆਏ ਨੇ। ਮੇਰੀ ਬੇਨਤੀ ਹੈ ਜੀ, ਕਿਹੜੇ ਲੋਕਾਂ ਦਾ ਬਾਈਕਆਊਟ ਕਰਨਾ? ਲੋਕਾਂ ਨੂੰ ਦੱਸਣ, ਲੋਕ ਤਾਂ ਹੀ ਬਾਈਕਆਊਟ ਕਰਨਗੇ ਨਾ, ਕਿ ਆਹ ਲੋਕ ਜਿਹੜੇ ਨੇ ਡਰੱਗ ਦੇ ਨਾਲ ਰਿਲੇਟਡ ਨੇ, ਜਾਂ ਇਹਨਾਂ ਨੇ ਡਰੱਗ ਨੂੰ ਪ੍ਰਮੋਟ ਕੀਤਾ ਹੈ, ਜਾਂ ਇਹਨਾਂ ਨੇ ਜਿਹੜੇ ਡਰੱਗ ਸਮਗਲਰ ਨੇ ਉਹਨਾਂ ਨੂੰ
ਸ਼ਹਿ ਦਿੱਤੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੈ, ਚਾਹੇ ਪੁਲਿਸ 'ਚ ਬੈਠਾ, ਚਾਹੇ ਰਾਜਨੀਤਿਕ, ਚਾਹੇ ਕੋਈ ਵੀ ਹੈ, ਜਿਹੜਾ ਡਰੱਗ ਨਾਲ ਰਿਲੇਟਡ ਹੈ ਉਹ ਪੰਜਾਬ ਦਾ, ਪੰਜਾਬ ਦੇ ਲੋਕਾਂ ਦਾ, ਸਮਾਜ ਦਾ ਵੱਡਾ ਦੁਸ਼ਮਣ ਹੈ। ਪਰ ਗੱਲਾਂ ਨਾਲ ਨਹੀਂ ਸਰਨਾ, ਇਹ ਗੱਲਾਂ ਨਾਲ ਸਾਰਦੇ ਨੇ। ਔਰ ਦੂਸਰੀ ਗੱਲ, ਜਿਹੜੀ ਤੁਸੀਂ STF ਦੀ ਗੱਲ ਕਰਦੇ, ਜੇ ਕੋਈ ਦਰਵਣੀ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਦੀ ਜੋ ਇਮੇਜ ਹੈ ਮੈਂ ਕਦਰ ਕਰਦਾ, ਪਰ ਸ਼ਾਇਦ ਉਹਦੀਆਂ ਤੜਾਵਾਂ ਜਿਹੜੀਆਂ, ਫਿਰ ਉਹਦੀਆਂ ਮੁਸ਼ਕਲਾਂ ਜਿਹੜੀਆਂ ਸਰਦਾਰ ਹਰਪ੍ਰੀਤ ਸਿੰਘ ਦੀਆਂ ਬਾਹਵਾਂ ਪਿੱਛੇ ਕਰਕੇ ਬੰਨ ਦਿੱਤੀਆਂ ਗਈਆਂ। ਤੁਸੀਂ ਪਿਛਲੇ ਸਮੇਂ ਤੋਂ ਘੱਟੋ ਘੱਟ ਇੱਕ ਮਹੀਨੇ ਤੋਂ ਕਿਸੇ ਤਰ੍ਹਾਂ ਤੁਹਾਨੂੰ ਐਕਟੀਵਿਟੀ ਨਜ਼ਰ ਆਉਂਦੀ ਸਰਦਾਰ ਹਰਪ੍ਰੀਤ ਸਿੰਘ ਦੀ, ਕਿਉਂ? ਜਿੱਥੋਂ ਤੁਸੀਂ ਪੁਲਿਸ ਇੰਸਪੈਕਟਰ ਦੀ ਗੱਲ ਕੀਤੀ ਹੈ, ਔਰ ਉਹਨੂੰ ਸਰਪ੍ਰਸਤੀ ਦੇਣ ਵਾਲਾ ਜਿਹੜਾ ਪੁਲਿਸ ਆਫਿਸਰ ਸੀਗਾ, ਜਿਹੜਾ ਕਿ ਅੱਜ ਵੀ SSP ਪੰਜਾਬ ਦੇ ਵਿੱਚ ਲੱਗਾ ਹੋਇਆ, ਸਭ ਤੋਂ ਪਹਿਲਾਂ ਮੈਂ ਅਤੇ ਮੇਰੇ ਸਾਥੀਆਂ ਨੇ ਵਿਰੋਧ ਕੀਤਾ ਸੀ ਪੰਜਾਬ 'ਚ ਉਹਨੂੰ SSP ਸ਼ਿਪ ਤੁਲਵਾਇਆ ਸੀਗਾ, ਅਸੀਂ ਤਰਨ ਤਾਰਨ ਤੋਂ ਬਦਲਵਾਇਆ, ਅਸੀਂ ਬਕਾਇਦਾ ਸਰਕਾਰ ਕੋਲ ਗੱਲ ਕੀਤੀ, ਬਾਦਲ ਸਾਹਿਬ ਕੋਲ ਗੱਲ ਕੀਤੀ, ਵੱਡਿਆਂ ਕੋਲ ਵੀ, ਛੋਟਿਆਂ ਕੋਲ ਵੀ, ਕਿ ਇਹ ਬੰਦਾ ਗਲਤ ਹੈ, ਇਹਦੀ ਸੋਚ ਗਲਤ ਹੈ, ਇਹਨੂੰ ਸਾਡੇ ਇੱਥੋਂ ਬਦਲਿਆ ਜਾਵੇ। ਸਾਡੇ ਬਦਲ ਦਿੱਤਾ ਗਿਆ, ਚਲੋ ਅਗਲੇ ਨੇ ਕਿਸੇ ਤਰ੍ਹਾਂ ਹੁਸ਼ਿਆਰਪੁਰ, ਅਸੀਂ ਫਿਰ ਉਹਦੇ ਮਗਰ ਪੈ ਕੇ ਇਹ ਬੰਦਾ SSP ਲੱਗਣ ਦੇ ਲਾਇਕ ਨਹੀਂ, ਅਸੀਂ ਉਹਨੂੰ ਉੱਥੋਂ ਲਵਾਇਆ, ਅਸੀਂ ਉਹਨੂੰ ਭਜਾਇਆ। ਤੁਸੀਂ ਅਖਬਾਰਾਂ ਪੜ੍ਹ ਕੇ ਦੇਖ ਲਓ, ਆਫਿਸਰਾਂ ਨੇ ਇਸ ਗੱਲ ਨੂੰ ਕਨਫੈਸ ਕੀਤਾ ਕਿ ਉਸ SSP ਬਾਰੇ ਅਤੇ ਇੰਦਰਜੀਤ ਸਿੰਘ ਬਾਰੇ ਸਪੈਸ਼ਲੀ ਮੇਰੇ ਵੱਲੋਂ ਅਤੇ ਮੇਰੇ ਸਾਥੀਆਂ ਵੱਲੋਂ ਜਿਹੜੇ MLA ਸੀਗੇ, ਕਿ ਇਹਨਾਂ ਨੇ ਆਣ ਕੇ ਉਸ ਸਮੇਂ ਦੀ ਸਰਕਾਰ ਕੋਲ ਵੀ ਕਿਹਾ ਕਿ ਇਹ ਬੰਦੇ ਗਲਤ ਨੇ, ਨਾ ਅਸੀਂ ਇਹੋ ਜਿਹੇ ਬੰਦੇ ਨੂੰ ਟੋਲਰ ਕਰਦੇ। ਉਦੋਂ ਵੀ ਨਹੀਂ ਸੀ, ਉਦੋਂ ਵੀ ਸਾਡੀ ਲੜਾਈ ਇਹੋ ਜਿਹੇ ਅਨਸਰਾਂ ਦੇ ਨਾਲ ਇਸੇ ਗੱਲ ਦੀ ਚੱਲਦੀ ਸੀ, ਅੱਜ ਵੀ ਚੱਲਦੀ, ਠੋਕ ਕੇ ਕਹਿੰਦੇ। ਇਸ ਕਰਕੇ ਕੋਈ ਨਾ ਤਾਂ ਹੁਣ STF ਨਜ਼ਰ ਆਉਂਦੀ ਹੈ। ਤੁਸੀਂ ਅੱਜ ਹੀ, ਮੈਂ ਇੱਕ ਬੱਚਾ ਮੇਰੀ ਕੌਂਸੀਚੁਐਂਸੀ 'ਚ ਜਿਹੜਾ ਡਰੱਗ ਦਾ ਇੰਜੈਕਸ਼ਨ ਲੈ ਕੇ ਮਰਿਆ, ਮੈਂ ਉਹਦੇ ਅਫਸੋਸ ਕਰਕੇ ਆਇਆ। ਹਰ ਹਫ਼ਤੇ ਇੱਕ ਅੱਧਾ ਕੋਈ ਨਾ ਕੋਈ ਇਹੋ ਜਿਹਾ ਇੰਸੀਡੈਂਟ ਵਾਪਰਦਾ ਹੈ, ਔਰ ਤੁਸੀਂ ਇਹ ਕਹਿੰਦੇ ਡਰੱਗ ਮਿਲਦੀ ਨਹੀਂ, ਉੱਥੇ ਉਹ ਕਹਿੰਦੇ ਜਿੰਨੀ ਮਰਜ਼ੀ ਲੈ ਲਓ, ਫਿਰ ਮੈਂ ਤਾਂ ਅੱਜ ਤੱਕ ਉਹਦੇ ਦਰਸ਼ਨ ਨੂੰ ਨਹੀਂ ਕੀਤਾ ਕਿਸ ਤਰ੍ਹਾਂ ਦੀ ਹੁੰਦੀ ਹੈ। ਇਸ ਕਰਕੇ ਜਿਹੜੀ ਹੈ, ਪਰ ਲੋਕ ਸੁਚੇਤ ਨੇ, ਯੂਥ ਵੀ ਅੱਗੇ ਨਾਲ ਸੁਚੇਤ ਹੋਇਆ, ਜਦੋਂ ਦਾ ਇਹਦਾ ਰੌਲਾ ਪਿਆ ਯੂਥ ਸੁਚੇਤ ਹੋਇਆ ਵੀ ਇਹ ਚੀਜ਼ ਮਾੜੀ ਹੈ, ਪਰ ਜਿਹੜੇ ਲੋਕ ਇੱਧਰ ਨੂੰ ਚਲੇ ਗਏ ਨੇ ਉਹਨਾਂ ਨੂੰ ਵਾਪਸ ਲਿਆਉਣਾ, ਪਰ ਉਹਨਾਂ ਦੀ ਤਾਂ ਜਿਹੜੀ ਜ਼ਰੂਰਤ ਹੈ ਉਹਨੂੰ ਪੂਰਾ ਕੀਤਾ ਜਾ ਰਿਹਾ। ਰੇਟ ਅੱਗੇ ਨਾਲੋਂ ਇੰਨਾ ਕੁ ਜ਼ਰੂਰ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਰੌਲਾ ਰੱਪਾ ਪਾਉਣ ਦੇ ਨਾਲ ਜਿਹੜੇ ਇਹਦੇ ਵਿਕਰੇਤਾ ਨੇ ਉਹਨਾਂ ਨੇ ਰੇਟ ਇਹਦਾ ਡਬਲ ਕਰ ਦਿੱਤਾ। ਉਹ ਮਹਿੰਗੀ ਜ਼ਰੂਰ ਮਿਲਦੀ ਹੈ, ਪਰ ਅਵੇਲੇਬਲ ਜੋ ਦੱਸਦੇ ਆ ਮੈਨੂੰ ਵੀ ਅਵੇਲੇਬਲ ਪੂਰੀ। ਪੋਲੀਟੀਕਲ ਵੰਡੇਟਾ ਦੀ ਗੱਲ ਕਰਦੇ ਹਾਂ, ਜਦੋਂ ਕਾਂਗਰਸ ਬਾਹਰ ਸੀ ਉਹ ਅਕਾਲੀ ਦਲ 'ਤੇ ਆਰੋਪ ਲਾਉਂਦੇ ਸੀ ਕਿ ਪੋਲੀਟੀਕਲ ਵੰਡੇਟਾ ਹੋ ਰਿਹਾ, ਸਾਡੇ ਵਰਕਰਸ ਨੂੰ ਮਾਰਿਆ ਕੁੱਟਿਆ ਜਾਂਦਾ, ਹੁਣ ਅਕਾਲੀ ਦਲ ਕਾਂਗਰਸ 'ਤੇ ਆਰੋਪ ਲਗਾ ਰਿਹਾ। ਤੁਹਾਡੀ ਇੱਕ ਕੈਂਪੇਨ ਵੀ ਚੱਲ ਰਹੀ ਹੈ, ਜਗ੍ਹਾ ਜਗ੍ਹਾ ਜਾ ਕੇ ਧਰਨੇ ਵੀ ਲਗਾਏ ਜਾ ਰਹੇ, ਕੀ ਸੱਚਾਈ ਹੈ ਇਸ ਵਿੱਚ? ਔਰ ਖਾਸ ਕਰਕੇ ਇੱਕ ਤੁਹਾਡਾ ਵੀਡੀਓ ਵਾਇਰਲ ਹੋਇਆ ਜਿਸ 'ਚ ਤੁਸੀਂ ਡਿਪਟੀ ਕਮਿਸ਼ਨਰ ਨੂੰ ਕੋਈ ਮੈਸੇਜ ਦੇ ਰਹੇ ਸੀ, ਕੁਝ ਪੁਲਿਸ ਆਫਿਸਰਸ ਨੂੰ ਵੀ ਵਾਰਨ ਕਰ ਰਹੇ ਸੀ। ਮੇਰੀ ਬੇਨਤੀ ਹੈ ਜੀ, 2007 ਤੋਂ ਲੈ ਕੇ 2017 ਤੱਕ 10 ਸਾਲ ਮੈਂ MLA ਰਿਹਾ, ਤਾਂ 2007 ਤੋਂ ਪਹਿਲਾਂ ਕਾਂਗਰਸ ਦਾ ਰਾਜ ਸੀਗਾ। 10 ਸਾਲਾਂ 'ਚ ਇਹੀ ਸੁਣਦੇ ਰਹੇ, ਵਿਧਾਨ ਸਭਾ 'ਚ 1000 ਕੇਸ ਦਰਜ ਹੋ ਗਿਆ ਜੀ ਝੂਠਾ, ਅਗਲੀ ਵਾਰੀ ਜਦੋਂ ਆਉਂਦੇ 10,000 ਹੋ ਗਿਆ ਜੀ, ਅਗਲੀ ਵਾਰੀ ਆਉਣੇ 20,000, 25,000, 30,000, 1,00,000 ਤੱਕ ਵੀ ਚਲਾ ਗਿਆ। ਪੰਜਾਬ ਦੇ ਮੁੱਖ ਮੰਤਰੀ ਉਸ ਸਮੇਂ ਦੇ ਸਰ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸਰ ਸੁਖਬੀਰ ਸਿੰਘ ਬਾਦਲ ਵਾਰ ਵਾਰ ਕਹਿੰਦੇ ਰਹੇ ਸਾਨੂੰ ਡਾਟਾ ਦਿਓ, ਸਾਡੇ ਸਾਹਮਣੇ ਤੱਥ ਲੈ ਕੇ ਆਓ, ਕਿਹੜਾ ਕੇਸ ਹੈ ਜਿਹੜਾ ਗਲਤ ਦਰਜ ਹੋਇਆ, ਅਸੀਂ ਇਨਕੁਆਇਰੀ ਕਰਾਵਾਂਗੇ, ਜੇ ਕੋਈ ਦੋਸ਼ੀ ਪਾਇਆ ਜਾਊਗਾ ਉਹਦੇ ਵਿਰੁੱਧ ਕਾਰਵਾਈ ਕਰਾਂਗੇ। ਗਿਣਤੀ ਦੇ 5-7, 1,00,000 ਕੇਸਾਂ ਦੇ ਪਿੱਛੇ 5-7 ਪੇਸ਼ ਕੀਤੇ ਇਹਨਾਂ ਨੇ, ਅਤੇ 5-7 ਜੀ ਦੁੱਧ ਦੁੱਧ ਪਾਣੀ ਦਾ ਪਾਣੀ ਕਰਕੇ ਦੱਸਦਾ ਪੇਚ ਦੱਸਦੇ ਬਣ ਡਾਟਾ ਕਿੱਥੇ। ਸਰ ਪ੍ਰਕਾਸ਼ ਸਿੰਘ ਬਾਦਲ ਦੀ, ਸਰ ਸੁਖਬੀਰ ਸਿੰਘ ਬਾਦਲ ਦੀ ਹਦਾਇਤ ਸੀ ਪ੍ਰਸ਼ਾਸਨ ਨੂੰ ਵੀ, ਪੁਲਿਸ ਪ੍ਰਸ਼ਾਸਨ ਨੂੰ ਵੀ, ਅਤੇ ਆਪਣੇ ਲੀਡਰਸ਼ਿਪ ਨੂੰ ਵੀ, ਵੀ ਕਿਸੇ ਦੇ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ। ਅਸੀਂ ਤਾਂ ਲੋਕਾਂ ਦੇ ਝਗੜੇ ਆਮ ਰੂਟੀਨ ਦੀ ਹੈ, ਇਹ ਤਾਂ ਅੱਜ ਵੀ ਹੁੰਦੇ ਆ, ਪਹਿਲਾਂ ਵੀ ਹੁੰਦੇ ਸੀ, ਉਸ ਤੋਂ ਪਹਿਲਾਂ ਵੀ ਹੁੰਦੇ ਸੀਗੇ। ਅਸੀਂ ਕੋਸ਼ਿਸ਼ ਕਰਦੇ ਹਾਂ ਲੋਕਾਂ ਦੇ ਰਾਜ਼ੀਨਾਮੇ ਹੋਣ। ਤੁਸੀਂ ਮੇਰੀ ਕੌਂਸਟੀਚੁਐਂਸੀ ਦੇਖ ਲਓ ਕਿ 10 ਸਾਲਾਂ 'ਚ FIRਾਂ ਕਿੰਨੀਆਂ ਹੋਈਆਂ ਨੇ, ਅਤੇ ਤੁਸੀਂ ਆ ਪਿਛਲੇ 4.5 ਮਹੀਨੇ ਦੇ ਕਢਾ ਕੇ ਦੇਖ ਲਓ, ਰਿਕਾਰਡ ਤੋੜਿਆ। ਲੇਕਿਨ ਅਕਾਲੀ ਦਲ 'ਤੇ ਵੀ ਆਰੋਪ ਲੱਗਦਾ ਕਿ ਪਿਛਲੇ 10 ਸਾਲ 'ਚ ਜਿਹੜਾ ਪੁਲਿਸ ਨੂੰ ਜਿਵੇਂ ਕੰਟਰੋਲ ਕਰ ਰਹੇ ਸੀ, ਹਲਕਾ ਜਥੇਦਾਰ ਕਰ ਰਹੇ ਸੀ, ਔਰ ਬਹੁਤ ਜ਼ਿਆਦਾ ਪੁਲਿਸ ਅੰਡਰ ਪ੍ਰੈਸ਼ਰ ਸੀ, ਕਿਤੇ ਨਾ ਕਿਤੇ ਹਰ ਫੈਸਲੇ ਜਿਹੜੇ ਸੀ ਉਹ ਜ਼ਿਲ੍ਹਾ ਜਥੇਦਾਰਾਂ ਕੋਲ ਹੋ ਰਹੇ ਸੀ। ਅੱਜ ਅਖਬਾਰਾਂ 'ਚ ਖਬਰਾਂ ਲੱਗਦੀਆਂ ਨੇ, ਅੱਜ ਮੀਡੀਆ 'ਚ ਗੱਲਾਂ ਕਾਨਾਫੂਸੀ ਵੀ ਚੱਲਦੀ, ਓਪਨਲੀ ਵੀ ਹੈ,
ਜਿਹੜੀ ਪੁਲਿਸ ਅੱਜ ਵੀ ਅਕਾਲੀ ਦਲ ਦੇ ਆਖੇ ਲੱਗਦੀ ਨਾ, ਚੱਲਦੀ ਨਾ, ਕਾਂਗਰਸੀ ਕਹਿੰਦੇ ਨੇ ਨਾ, ਸੁਨੀਲ ਜਾਖੜ ਸਾਹਿਬ ਨੂੰ ਕਹਿਣਾ ਪਿਆ ਕਾਂਗਰਸੀ ਕਹਿੰਦੇ ਨੇ ਨਾ ਜੀ, ਜੇ ਸਾਡਾ ਦਬਾਅ ਸੀ ਉਹਨਾਂ ਦੇ ਸਾਡੇ ਉਹ ਮਾਰੀ ਦੇ ਨੌਕਰੀ ਕਰਦੇ ਸੀ, ਅਤੇ ਅੱਜ ਕੱਲ੍ਹ ਦਲ ਦੀ ਕਿਉਂ ਸੁਣਦੇ? ਕਦਰ ਕਰਦੇ ਆ ਲੋਕ, ਉਹ ਕਦਰ ਕਰਦੇ ਨੇ ਕਿਉਂਕਿ ਉਹਨਾਂ ਦੇ ਉੱਤੇ ਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ, ਜਿਹੜਾ ਕੋਈ ਕੰਮ ਕਰਨ ਵਾਲਾ ਸੀ ਉਹਨੂੰ ਨਵਾਜਿਆ ਜਾਂਦਾ ਸੀ, ਜਿਹੜਾ ਕੋਈ ਗਲਤ ਸੀ ਉਹਨੂੰ ਛਾਂਟਿਆ ਜਾਂਦਾ ਸੀ, ਇਹ ਰਿਹਾ ਰਿਵਾਜ਼। ਔਰ ਜਿਹੜੀ ਵੰਡੈਟੇ ਵਾਲੀ ਗੱਲ ਹੈ, ਰਮਨਜੀਤ ਸਿੰਘ ਸਿੱਕੀ MLA ਦੀ ਵਾਇਰਲ ਵੀਡੀਓ ਦੇਖੀ ਸੀ ਤਾਂ, DSP ਨੂੰ ਕਿਹਾ ਤੈਨੂੰ ਲੰਮੇ ਪਾਊ ਥਾਣੇ 'ਚ ਆ ਕੇ, SHO ਨੂੰ ਲੰਮੇ ਪਾਊ, ਨਾਲ ਅਕਾਲੀਆਂ ਨੂੰ ਪਾਊ, ਇਹ ਨਾ ਹੋਵੇ ਮੈਨੂੰ ਉਹਨਾਂ ਨੂੰ ਆਣ ਕੇ ਉਹਨਾਂ ਦੇ ਨਾਲ ਤੁਹਾਨੂੰ ਵੀ ਲੰਮੇ ਪਾਉਣਾ ਪਵੇ, ਕੁਛ ਹੋਇਆ। ਮੈਂ ਡਿਪਟੀ ਕਮਿਸ਼ਨਰ ਨੂੰ ਇਹ ਕਿਹਾ ਵੀ ਡਿਪਟੀ ਕਮਿਸ਼ਨਰ ਸਾਹਿਬ, 3 ਮਹੀਨਿਆਂ 'ਚ ਤੁਸੀਂ ਬਹੁਤ ਵਧੀਆ ਕੀਤੀਆਂ ਨੇ, ਜਿੱਥੇ ਜਿੱਥੇ ਤੁਹਾਡੀ ਕਲਮ ਚੱਲੀ ਹੈ, ਜਿਹੜੇ ਜਿਹੜੇ ਤੁਸੀਂ ਫੈਸਲੇ ਲਏ ਨੇ ਸਾਨੂੰ ਚੁੱਭਦੇ ਨੇ, ਤੁਸੀਂ ਗਲਤ ਕੀਤੇ ਨੇ, ਪਰ ਤੁਹਾਨੂੰ ਅਸੀਂ ਸੁਚੇਤ ਕਰਦੇ ਹਾਂ ਕਿ ਅੱਜ ਤੋਂ ਬਾਅਦ ਇਹੋ ਜਿਹੀ ਤੁਹਾਡੀ ਸ਼ਿਕਾਇਤ ਨਹੀਂ ਆਉਣੀ ਚਾਹੀਦੀ, ਜੇ ਤੁਸੀਂ ਕਰੋਗੇ ਇਹ ਭੁਗਤਣੀ ਪਊਗੀ। ਇਹ ਮੈਨੂੰ ਲੋਕਤੰਤਰ ਜਿਹੜਾ ਅਧਿਕਾਰ ਦਿੰਦਾ ਹੈ, ਮੈਂ ਓਪੋਜੀਸ਼ਨ 'ਚ ਹਾਂ, ਮੈਂ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਨੇ, ਉਹਨਾਂ ਦੀ ਆਵਾਜ਼ ਉਠਾਉਣੀ ਹੈ। 63,000 ਲੋਕਾਂ ਨੇ ਮੈਨੂੰ ਵੋਟ ਪਾਈ ਹੈ, ਮੇਰੇ ਬਾਕੀ ਸਾਥੀਆਂ ਨੂੰ ਪਾਈ ਹੈ, ਮੈਂ ਉਹਨਾਂ ਦੀ ਪ੍ਰਤੀਨਿਧਤਾ ਕਰਦਾ ਹਾਂ, ਅਤੇ ਮੈਂ ਅੱਗੇ ਚੁੱਪ ਕਰਕੇ ਬੈਠਾ ਰਹਾਂ ਕਿ DC ਜੋ ਮਰਜ਼ੀ ਕਰੀ ਜਾਵੇ, DC ਜਿੱਥੇ ਮਰਜ਼ੀ ਜਿਹੜੀ ਮਰਜ਼ੀ ਮਿਊਂਸਪੈਲਟੀ ਤੋੜ ਦੇਵੇ, ਜਿੱਥੇ ਮਰਜ਼ੀ ਜਾ ਕੇ ਜਿਹੜੀ ਮਰਜ਼ੀ ਕੌਂਸਲ ਭੰਗ ਕਰ ਦੇਵੇ, ਹਾਂਜੀ DC ਜੋ ਮਰਜ਼ੀ ਉੱਥੇ ਕਰਵਾਈ ਜਾਵੇ, DC ਨੂੰ ਕਿਉਂ ਪੁੱਛਣ ਵਾਲਾ? ਮੇਰੇ 'ਤੇ ਮੁਕੱਦਮਾ ਦਰਜ ਕੀਤਾ ਗਿਆ 189 IPC ਦਾ, ਕਿ ਰਮਨਜੀਤ ਸਿੱਕੀ 'ਤੇ ਕੀਤਾ ਗਿਆ, ਅਜੇ ਮੇਰਾ ਤਾਂ ਗਨਾਹ ਹੀ ਕੋਈ ਨਹੀਂ। ਮੈਂ ਤਾਂ ਸੁਚੇਤ ਕੀਤਾ ਆਫਿਸਰ ਨੂੰ ਵੀ ਭਾਈ ਤੁਹਾਡੀਆਂ ਜਿਹੜੀਆਂ ਤੁਸੀਂ ਸਾਡੇ ਵਿਰੁੱਧ ਕਰ ਰਹੇ ਜੇ, ਅਕਾਲੀ ਦਲ ਦੇ ਵਿਰੁੱਧ ਜੋ ਕੁਛ ਕਰ ਰਹੇ ਜੇ, ਸਾਡੇ ਰਿਕਾਰਡ 'ਤੇ ਹੈ। ਔਰ ਧਰਨੇ 'ਚ ਕਿਹਾ ਬਾਹਰ, ਉਹ ਤਾਂ ਸ਼ਰਿਆਮ ਥ੍ਰੈਟ ਜਿਹੜੀ ਕੀਤੀ ਸੀ, ਕਿਸ 'ਤੇ ਕੀਤਾ? ਮੰਡੇਟਾ 11 ਤਰੀਕ ਨੂੰ ਰਿਜ਼ਲਟ ਆਉਂਦਾ, 11 ਮਾਰਚ ਨੂੰ ਰਾਤ ਨੂੰ ਸਪੀਕਰ ਲਾ ਕੇ ਉਸ ਪਿੰਡ ਦੇ ਅਕਾਲੀ ਨੂੰ ਗਾਲਾਂ ਕੱਢੀਆਂ ਜਾਂਦੀਆਂ ਕਿ ਹੁਣ ਸਾਡੀ ਆ ਗਈ ਸਰਕਾਰ, ਜਿੱਥੇ ਭੱਜਣਾ ਹੀ ਭੱਜ ਲਾ, ਤੈਨੂੰ ਭੱਜਣ ਨਹੀਂ ਦੇਣਾ। ਅਗਲੇ ਦਿਨ ਉਹਦਾ ਕਤਲ ਕਰ ਦਿੱਤਾ ਜਾਂਦਾ, ਗੋਲੀ ਮਾਰ ਦਿੱਤੀ ਜਾਂਦੀ ਹੈ, ਚੀਚੋ ਕਾਦੀਆਂ ਹਲਕੇ 'ਚ ਪਿੰਡ ਹੈ, ਅਕਾਲੀ ਵਰਕਰਾਂ ਨੂੰ ਫੇਸਬੁੱਕ ਦੇ ਉੱਤੇ ਧਮਕੀ ਦਿੱਤੀ ਜਾਂਦੀ ਹੈ ਕਿ ਹੁਣ ਤੁਹਾਡੇ ਨਾਲ ਨਜਿੱਠਾਂਗੇ, ਪਿਓ ਪੁੱਤ ਕਤਲ ਕਰ ਦਿੱਤੇ ਜਾਂਦੇ ਨੇ। ਕਿੰਨੇ ਕਤਲ ਤੁਹਾਨੂੰ ਗਣਾਈ, ਕੀ ਕੁਛ ਗਣਾਈ ਹੈ? ਆਹ 2 ਬੱਚੇ, 1 16 ਸਾਲ ਦਾ, 1 19 ਸਾਲ ਦਾ, ਦੋਨਾਂ ਦੇ ਉੱਤੇ ਮੁਕੱਦਮੇ ਕੀਤੇ, 307 ਦੇ ਮੁਕੱਦਮੇ, ਜਿਹੜੇ ਬੱਚੇ ਵਿਚਾਰੇ ਅਜੇ ਸਕੂਲ ਗੋਇੰਗ ਨੇ, ਜਿਹੜੇ ਸਕੂਲ ਜਾਂਦੇ ਨੇ। ਇਹ ਤਾਂ ਪਤਾ ਨਹੀਂ ਜਿਆਦਤੀਆਂ ਕਿੰਨੀਆਂ ਨੇ, ਪਤਾ ਨਹੀਂ ਕਿਹੜਾ ਇਹ ਕੁਛ ਡਿਵੈਲਪਮੈਂਟ ਕਰਨਾ। ਤੁਸੀਂ ਅੰਮ੍ਰਿਤਸਰ ਆਏ ਜੇ, ਪਤਾ ਨਹੀਂ ਕਿੰਨੇ ਚਿਰ ਬਾਅਦ ਆਏ ਜੇ, ਮੈਨੂੰ ਨਹੀਂ ਪਤਾ। ਮੈਂ ਅਕਸਰ ਆਉਂਦਾ ਰਹਿੰਦਾ। ਤੁਸੀਂ ਆਉਂਦੇ ਰਹਿੰਦੇ ਜੀ, ਕੀ ਤੁਹਾਨੂੰ 2007 ਤੋਂ ਬਾਅਦ ਅਤੇ ਹੁਣ ਜਿਹੜੀ 2017 ਦੀ ਜਿਹੜੀ ਹੈ, ਵੀ ਤੁਹਾਨੂੰ ਚੇਂਜ ਉੱਥੇ ਨਜ਼ਰ ਆਈ, ਸਮੁੱਚੇ ਅੰਮ੍ਰਿਤਸਰ 'ਚ ਨਜ਼ਰ ਆਈ ਕਿ ਨਹੀਂ ਆਈ? ਇਹ ਕਿੰਨੇ ਕਰਾਈ ਡਿਵੈਲਪਮੈਂਟ। ਸ਼੍ਰੀ ਹਰਿਮੰਦਰ ਸਾਹਿਬ ਜਾਂਦੇ ਹਾਂ, ਤੁਸੀਂ ਵੀ ਅੱਜ ਸ਼ਾਇਦ ਮੱਥਾ ਟੇਕ ਕੇ ਆਏ ਸੀ, ਜਦੋਂ ਜਾਂਦੇ ਰੂਹ ਨਹੀਂ ਖੁਸ਼ ਹੁੰਦੀ। ਤੁਸੀਂ ਕੀ ਮੈਸੇਜ ਦੇਣਾ ਚਾਹੋਗੇ, ਖਾਸ ਕਰ ਜੋ ਲੋਕ ਬਾਹਰ ਬੈਠੇ, ਵਿਦੇਸ਼ 'ਚ ਬੈਠੇ ਆ, ਉਹਨਾਂ ਨੂੰ ਅਕਸਰ ਗਿਲਾ ਰਹਿੰਦਾ ਅਕਾਲੀ ਦਲ ਤੋਂ, ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਕਿ ਅਕਾਲੀ ਦਲ ਪੰਜਾਬ ਦੀ ਕਿੰਨੀ ਹਿਤੈਸ਼ੀ ਪਾਰਟੀ ਹੈ, ਉਸ ਬਾਰੇ ਕੀ ਕਹਿਣਾ ਚਾਹੋਗੇ? ਜੇ ਪੰਜਾਬ ਵਾਸਤੇ ਕਿਸੇ ਨੇ ਸੰਘਰਸ਼ ਕੀਤਾ ਹੈ, ਜੇ ਪੰਜਾਬ ਦੇ ਹਿੱਤਾਂ ਵਾਸਤੇ ਕੋਈ ਲੜਿਆ ਹੈ, ਤਾਂ ਉਹ ਅਕਾਲੀ ਦਲ ਲੜਿਆ। 1947 ਤੋਂ ਬਾਅਦ ਜਿੰਨਾ ਵੀ ਇਤਿਹਾਸ ਪੜ੍ਹ ਲਓ, ਚਾਹੇ ਪੰਜਾਬੀ ਸੂਬੇ ਨੂੰ ਬਣਾਉਣ ਦੀ ਗੱਲ ਹੈ, ਚਾਹੇ ਐਮਰਜੈਂਸੀ ਦੇ ਵਿਰੁੱਧ ਲੜਨ ਦੀ ਗੱਲ ਹੈ, ਚਾਹੇ ਪੰਜਾਬ ਦੀਆਂ ਮੰਗਾਂ ਦੀ ਗੱਲ ਹੈ, ਚਾਹੇ ਜਿਹੜੀਆਂ ਸਿੱਖ ਕੌਮ ਦੇ ਮਸਲੇ ਜਿਹੜੇ ਨੇ ਉਹਦੇ ਵਾਸਤੇ ਵੀ ਜੇ ਕੋਈ ਡਟ ਕੇ ਲੜਿਆ, ਤਾਂ ਸ਼੍ਰੋਮਣੀ ਅਕਾਲੀ ਦਲ ਲੜਿਆ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਰਾਜਨੀਤਿਕ ਪਾਰਟੀ ਹੈ, ਪਰ ਇਹ ਸਿੱਖ ਕੌਮ ਦੀ ਇੱਕ ਨੁਮਾਇੰਦਾ ਰਾਜਨੀਤਿਕ ਪਾਰਟੀ ਹੈ। ਇਹਨੇ ਸਿੱਖਾਂ ਵਾਸਤੇ ਕਿਸੇ ਵੀ ਤਰ੍ਹਾਂ ਦਾ, ਚਾਹੇ ਹਿੰਦੁਸਤਾਨ ਦੇ ਅੰਦਰ ਹੈ ਚਾਹੇ ਹਿੰਦੁਸਤਾਨ ਤੋਂ ਬਾਹਰ ਹੈ, ਹਮੇਸ਼ਾ ਨੇ ਲੜਾਈ ਲੜੀ ਹੈ। ਔਰ ਸ਼੍ਰੋਮਣੀ ਅਕਾਲੀ ਦਲ ਕਿਸੇ ਜੰਤਰ ਮੰਤਰ ਤੋਂ ਪੈਦਾ ਨਹੀਂ ਹੋਇਆ, ਜਾਂ ਕਿਸੇ ਅੰਗਰੇਜ਼ ਨੇ ਇਹਨੂੰ ਖੜਿਆ ਨਹੀਂ ਕੀਤਾ, ਇਹ ਅੰਗਰੇਜ਼ਾਂ ਦੇ ਵਿਰੁੱਧ ਲੜਦਿਆਂ ਹੋਇਆ ਦੇਸ਼ ਦੀ ਆਜ਼ਾਦੀ ਵਾਸਤੇ, ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਦੀ ਖਾਤਰ, ਗੁਰਦੁਆਰਾ ਸਾਹਿਬ ਦੀ ਆਜ਼ਾਦੀ ਦੀ ਖਾਤਰ ਉਹਦੇ ਵਿੱਚੋਂ ਨਿਕਲੀ ਹੋਈ, ਸ਼ਹੀਦੀਆਂ 'ਚੋਂ, ਕੁਰਬਾਨੀਆਂ 'ਚੋਂ ਨਿਕਲੀ ਹੋਈ ਪਾਰਟੀ। ਔਰ ਮੇਰਾ ਖਿਆਲ ਹੈ ਕਿ ਹਰ ਸਿੱਖ ਪਰਿਵਾਰ ਦਾ ਉਹਦੇ 'ਚ ਯੋਗਦਾਨ ਹੈ। ਅੱਜ ਚਾਹੇ ਉਹ ਅਕਾਲੀ ਦਲ ਤੋਂ ਦੂਰ ਵੀ ਬੈਠਾ ਹੋਵੇ, ਉਹਦੇ ਵੱਡ ਵਡੇਰਿਆਂ ਦਾ, ਉਹਦਾ ਦਾਦਾ, ਉਹਦਾ ਪੜਦਾਦਾ, ਉਹਦਾ ਬਾਪ, ਉਹਨਾਂ ਦਾ ਕੋਈ ਨਾ ਕੋਈ ਫੈਮਿਲੀ ਮੈਂਬਰ ਜਿਹਨੇ ਇਹਦੇ 'ਚ ਕੋਈ ਨਾ ਕੋਈ ਕੰਟਰੀਬਿਊਸ਼ਨ ਕੀਤੀ ਹੈ। ਪਰ ਰਾਜਨੀਤੀ ਹੈ, ਰਾਜਨੀਤੀ ਦੇ ਵਿੱਚ ਧੜੇ ਬਣ ਜਾਂਦੇ ਨੇ ਲੋਕ। ਅਤੇ ਜੇ ਗੱਲਾਂ ਕਰੀਏ, ਮੈਂ ਬੇਨਤੀ ਕਰੂੰਗਾ ਪੰਜਾਬੀਆਂ ਨੂੰ, ਮੈਂ ਬੇਨਤੀ ਕਰੂੰਗਾ ਸਿੱਖ ਭਾਈਚਾਰੇ ਨੂੰ, ਅਸੀਂ ਤਾਂ 84 ਭੁੱਲ ਗਏ। ਮੈਨੂੰ ਅਕਾਲੀ ਦਲ 'ਚ, ਮੈਂ ਨਹੀਂ ਕਹਿੰਦਾ ਕਿ ਅਕਾਲੀ ਦਲ ਤੋਂ ਗਲਤੀਆਂ ਨਹੀਂ ਹੋਈਆਂ ਹੋਣਗੀਆਂ, ਅਸੀਂ ਸਵੀਕਾਰ ਕਰਦੇ ਹਾਂ ਕਿ ਸਾਡੇ ਕੋਲੋਂ ਰਾਜ ਕਰਦੇ ਹਾਂ, ਘਰ ਚਲਾਉਂਦੇ ਗਲਤੀਆਂ ਰਹਿ ਜਾਂਦੀਆਂ ਨੇ। ਪਰ ਕੀ ਸ਼੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਵਾਲੇ, ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੇ, ਸਿੱਖਾਂ ਦੇ ਗਲਾਂ 'ਚ ਟਾਇਰ ਪਾ ਪਾ ਕੇ ਸਾੜਨ ਵਾਲੇ, ਸਿੱਖ ਜਵਾਨੀ ਦਾ ਕਤਲੇਆਮ ਕਰਨ ਵਾਲੇ,
ਸਿੱਖਾਂ ਨੇ ਕਿਵੇਂ ਪ੍ਰਵਾਨ ਕਰ ਲਏ ਕਿ ਸਿੱਖ ਦੀ ਜ਼ਮੀਰ ਹੈਗੀ? ਜ਼ਮੀਰ ਨੂੰ ਜਗਾਓ। ਅਕਾਲੀ ਦਲ ਜਿੱਥੇ ਗਲਤ ਹੈ ਸਾਨੂੰ ਦੱਸੋ, ਅਸੀਂ ਉਹਨੂੰ ਅਡੋਪਟ ਕਰਾਂਗੇ, ਜਿੱਥੇ ਅਸੀਂ ਮਹਿਸੂਸ ਕਰਾਂਗੇ, ਇਸ ਗੱਲ ਨੂੰ ਸਵੀਕਾਰ ਕਰਾਂਗੇ ਇੱਥੇ ਅਸੀਂ ਗਲਤ ਹੈ। ਪਰ ਜੋ ਕੁਛ ਸਾਡੇ ਵਿਰੁੱਧ ਪ੍ਰਚਾਰ ਕੀਤਾ ਗਿਆ, ਕੂੜ ਕੀਤਾ ਗਿਆ, ਝੂਠ ਬੋਲਿਆ ਗਿਆ, ਰਾਜ ਇੱਥੇ ਆਉਣ ਲਈ ਅਤੇ ਸਿਰਫ ਅਕਾਲੀ ਦਲ ਨੂੰ ਬਦਨਾਮ ਕਰਨ ਲਈ। ਲੋਕ ਹੁਣ ਚਾਹੇ ਇੱਥੇ ਬੈਠੇ ਨੇ, ਬਾਹਰ ਵਾਲੇ ਵੀ ਮਹਿਸੂਸ ਕਰਨ ਲੱਗ ਪਏ ਨੇ ਕਿ ਨਹੀਂ ਯਾਰ, ਅਕਾਲੀ ਦਲ ਤਾਂ ਚੰਗਾ ਸੀਗਾ, ਅਕਾਲੀ ਦਲ ਤਾਂ ਸੱਚਾ ਸੀ, ਅਕਾਲੀ ਦਲ ਤਾਂ ਸਾਡਾ ਸੀਗਾ। ਇਹ ਹੌਲੀ ਹੌਲੀ ਗੱਲ ਚੱਲ ਪਈ ਹੈ। ਮੇਰੀ ਹੱਥ ਬਣ ਕੇ ਬੇਨਤੀ ਉਹਨਾਂ ਨੂੰ ਵੀ ਕਿ ਭਾਈ ਅਕਾਲੀ ਦਲ ਤੁਹਾਡਾ ਆ। ਜਿਹੜਾ ਇੱਕੋ ਗੱਲ ਇਹ ਕਹੀ ਜਾਂਦੀ ਹੈ ਕਿ ਅਕਾਲੀ ਦਲ ਤਾਂ ਬਾਦਲਾਂ ਦਾ ਬਣ ਕੇ ਰਹਿ ਗਿਆ, ਅਕਾਲੀ ਦਲ ਕਿਸੇ ਦੀ ਜਗੀਰ ਨਹੀਂ। ਅਕਾਲੀ ਦਲ ਦਾ ਇਤਿਹਾਸ ਪੜ੍ਹ ਕੇ ਦੇਖੋ, ਬੜੀ ਲੰਬੀ ਲਿਸਟ ਹੈ ਪ੍ਰਧਾਨਾਂ ਦੀ, ਉਹਨਾਂ ਪ੍ਰਧਾਨਾਂ ਦੀ ਜਿਨ੍ਹਾਂ ਨੇ ਕੌਮ ਦੀ ਖਾਤਰ, ਪੰਜਾਬ ਦੀ ਖਾਤਰ, ਦੇਸ਼ ਦੀ ਖਾਤਰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ, ਅਤੇ ਬਾਦਲ ਸਾਹਿਬ ਵੀ ਉਹ ਨੇ ਜਿਨ੍ਹਾਂ ਨੇ 15 ਸਾਲ ਤੋਂ ਵੱਧ ਪੰਜਾਬ ਦੀ ਖਾਤਰ ਜੇਲ੍ਹ ਕੱਟੀ ਹੈ। ਅਤੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ, ਜਿਨ੍ਹਾਂ ਦੇ ਵਿਜ਼ਨ 'ਤੇ, ਜਿਨ੍ਹਾਂ ਦੀ ਸੋਚ 'ਤੇ, ਜਿਨ੍ਹਾਂ ਦੀ ਜਿਹੜੀ ਉੱਚੀ ਸੋਚ ਹੈ ਉਹਦੇ 'ਤੇ ਮਾਣ ਹੈ। ਪਰ ਕੱਲ੍ਹ ਨੂੰ ਕੋਈ ਆਉਣ ਵਾਲੇ ਸਮੇਂ 'ਚ ਉਹਨਾਂ ਤੋਂ ਬਾਅਦ ਕੌਣ ਪ੍ਰਧਾਨ ਆਉਂਦਾ ਹੈ, ਆਪਦੀ ਕਾਬਲੀਅਤ ਨਾਲ ਆਊਗਾ? ਇਹ ਜਿਹੜਾ ਇੱਕੋ ਪ੍ਰਚਾਰ ਕਰਦੇ ਨੇ ਕਿ ਬਾਦਲਾਂ ਦੀ ਜ਼ਗੀਰ ਬਣ ਗਿਆ, ਕੋਈ ਇਹੋ ਜਿਹੀ ਗੱਲ ਕੋਈ ਨਹੀਂ। ਮੇਰੇ ਵਰਗੇ ਲੋਕ ਜਿਨ੍ਹਾਂ ਦਾ ਨਾਂ ਕੋਈ ਰਾਜਨੀਤਿਕ ਪਿਛੋਕੜ ਸੀਗਾ, ਔਰ ਅਸੀਂ ਫੈਡਰੇਸ਼ਨ 'ਚੋਂ ਲੰਘੇ ਹਾਂ, ਸੰਘਰਸ਼ 'ਚੋਂ ਲੰਘੇ ਹਾਂ, ਅੱਜ ਉਹਨਾਂ ਦੀ ਸੋਚ ਨੂੰ ਜੇ ਐਜ ਏ ਲੀਡਰ ਸਵੀਕਾਰ ਕਰਦੇ ਹਾਂ, ਇਸ ਕਰਕੇ ਕਰਦੇ ਹਾਂ ਕਿ ਉਹਨਾਂ 'ਚ ਕਾਬਲੀਅਤ ਹੈ, ਉਹਨਾਂ 'ਚ ਕੌਮ ਦਾ ਦਰਦ ਹੈ, ਉਹਨਾਂ 'ਚ ਪੰਜਾਬ ਦਾ ਦਰਦ ਹੈ, ਆਪਣੇ ਲੋਕਾਂ ਦਾ ਦਰਦ ਹੈ, ਇਸ ਕਰਕੇ ਉਹ ਅਕਾਲੀ ਦਲ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ। ਥੈਂਕ ਯੂ। ਇਹ ਸਨ ਪ੍ਰੋਫੈਸਰ ਵਿਰਸਾ ਸਿੰਘ ਵਲਟੋਆ। ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਦੇ ਵਿੱਚ ਆਏ ਨੇ, ਔਰ ਕੂੜ ਪ੍ਰਚਾਰ ਕਰਕੇ, ਅਕਾਲੀ ਦਲ ਨੂੰ ਬਦਨਾਮ ਕਰਕੇ ਉਹਨਾਂ ਨੇ ਇਲੈਕਸ਼ਨ 'ਚ ਰਿਜ਼ਲਟ ਅੱਛੇ ਸਾਰਥਕ ਰਿਜ਼ਲਟ ਲਏ ਆ। ਲੇਕਿਨ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਗਲਤੀਆਂ ਹੋਈਆਂ ਨੇ ਅਕਾਲੀ ਦਲ ਤੋਂ ਉਹਨਾਂ ਤੋਂ ਜ਼ਰੂਰ ਸਿੱਖਣਗੇ, ਔਰ ਅਗਲੀਆਂ ਜਿਹੜੇ ਇਲੈਕਸ਼ਨ ਹੈ 2019 ਔਰ 2022 'ਚ ਇਹਦੇ ਰਿਜ਼ਲਟ ਵੇਖਣ ਨੂੰ ਮਿਲਣਗੇ।